ਉਧਰ ਕਪੂਰਥਲਾ ਦੇ ਵਿੱਚ ਡੇਰੇ ਦੀ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋਈ ਤੇ ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਤਲਵਾਰਾਂ ਤੱਕ ਚੱਲ ਗਈਆਂ। ਪੁਲਿਸ ਤਮਾਸ਼ਾ ਵੇਖਦੀ ਰਹੀ। ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਵਾਇਰਲ ਹੋ ਗਈਆਂ ਨੇ। ਭਗਵਾਂ ਬਾਣਾ ਤੇ ਹੱਥਾਂ 'ਚ ਪੱਥਰ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੋ ਗੁੱਟਾਂ ਦੇ ਇਹ ਲੋਕ ਇੱਕ ਦੂਜੇ ਦੀ ਜਾਨ ਲੈਣ ਲਈ ਉਤਾਰੂ ਹੋਏ ਪਏ ਨੇ। ਇੱਕ ਪੱਥਰਾਂ ਦੇ ਨਾਲ ਵਾਰ ਕਰ ਰਿਹਾ ਤੇ ਦੂਜਾ ਧੜੱਲੇ ਨਾਲ ਲਾਠੀਆਂ ਚਲਾ ਰਿਹਾ। ਮੰਨੋ ਇਹਨਾਂ ਨੂੰ ਕਾਨੂੰਨ ਤੇ ਪ੍ਰਸ਼ਾਸਨ ਦਾ ਕੋਈ ਡਰ ਹੀ ਨਹੀਂ ਹੈ। ਵਿੱਚ ਇਹ ਦਰਵਾਜ਼ਾ ਹੈ ਪਰ ਬਾਵਜੂਦ ਇਸਦੇ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਦਾ ਹਰ ਤਰੀਕਾ ਇਹਨਾਂ ਵੱਲੋਂ ਅਪਣਾਇਆ ਜਾ ਰਿਹਾ। ਆਪਸ 'ਚ ਧੂ ਘੜੀਸ ਕਰ ਰਹੇ ਲੋਕ ਸੂਬੇ ਦੀ ਕਾਨੂੰਨ ਵਿਵਸਥਾ ਦਾ ਤਾਂ ਯਕੀਨਨ ਹੀ ਮਖੌਲ ਬਣਾ ਰਹੇ ਨੇ। ਹੁਣ ਤੁਹਾਨੂੰ ਦੱਸਦਿਆਂ ਕਿ ਆਖਿਰ ਪੂਰਾ ਮਾਮਲਾ ਹੈ ਕੀ। ਦਰਅਸਲ ਇਹ ਤਸਵੀਰਾਂ ਕਪੂਰਥਲਾ ਦੀਆਂ ਹਨ ਜਿੱਥੇ ਵਿਵਾਦ ਹੈ ਧਾਰਮਿਕ ਡੇਰੇ ਦੀ ਜ਼ਮੀਨ ਦਾ ਤੇ ਇਸੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋਈ, ਤਲਵਾਰਾਂ ਤੱਕ ਚੱਲੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਉੱਥੇ ਮੌਜੂਦ ਸੀ ਪਰ ਉਹ ਵੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ। ਸੱਚ ਸਮਾਜ ਦਾ ਇਲਜ਼ਾਮ ਹੈ ਕਿ ਡੇਰੇ ਦੇ ਸਾਧੂ ਵਾਸਦੇਵ ਦਾਸ ਨੂੰ ਸਾਜ਼ਿਸ਼ ਦੇ ਤਹਿਤ 8 ਮਹੀਨੇ ਪਹਿਲਾਂ ਮਾਮਲਾ ਦਰਜ ਕਰਵਾ ਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਜੇਲ੍ਹ ਜਾਣ ਤੋਂ ਬਾਅਦ ਡੇਰੇ ਦੀ ਚਾਬੀ ਪੁਲਿਸ ਕੋਲ ਸੀ ਤੇ ਹੁਣ ਜਦੋਂ ਵਾਸਦੇਵ ਜ਼ਮਾਨਤ ਤੇ ਬਾਹਰ ਆਇਆ ਤੇ ਡੇਰੇ ਪਹੁੰਚਿਆ ਤਾਂ ਤਲਵਾਰਾਂ ਤੇ ਇੱਟਾਂ ਨਾਲ ਉਸਤੇ ਹਮਲਾ ਕਰ ਦਿੱਤਾ ਗਿਆ। ਕਿਸ਼ਨ ਦਾਸ ਜੀ ਦੇ ਪਾਠ ਰਖਾਇਆ ਜਦੋਂ ਅਸੀਂ ਇੱਕ ਜੋਤ ਵਾਲੇ ਦਾ ਤੇ ਵਿਰੋਧ ਕੀਤਾ ਤੇ ਇਹਨਾਂ ਨੇ ਇਹੀ ਟੋਪੀ ਨੇ ਗ੍ਰੰਥ ਸਾਹਿਬ ਚੁਕਾ ਦਿੱਤਾ। ਠੀਕ ਆ, ਫਿਰ ਐਸ ਪੀ ਜੀ ਸੀ ਤੇ ਮਨਜ਼ੂਰੀ ਕਰਾ ਕੇ ਅਸੀਂ ਗ੍ਰੰਥ ਸਾਹਿਬ ਲਿਆਂਦਾ। ਠੀਕ ਆ, ਗ੍ਰੰਥ ਸਾਹਿਬ ਅੱਜ ਦਾ ਨਹੀਂ ਪਿਆ, ਜਿਹੜਾ ਉਹ ਗੁਰਦੁਆਰਾ ਬਣਿਆ ਉਹ ਵੀ ਅਸੀਂ ਬਣਾਇਆ। ਪੁੱਛ ਲਓ ਇਹਨੂੰ, ਤੂੰ ਇੱਟ ਲਾਈ ਅਸੀਂ ਬਣਾਇਆ, ਜਲੰਧਰੋਂ ਗੜਾਈ ਕੀਤੀ, ਕਪੂਰਥਲੋਂ ਗੜਾਈ ਕੀਤੀ, ਪਿੰਡ ਵਾਲੇ ਨੇ ਗੜਾਈ ਦਿੱਤੀ ਸਭ ਨੇ। ਤੁਸੀਂ ਦੇਖ ਲਓ ਜੇ ਬਗੈਰ ਪਿੰਡ ਕੋਈ ਪਿੰਡ ਦਾ ਬੰਦਾ ਨਹੀਂ, ਇਹੋ ਤੋਂ ਦੋ ਘਰ ਨੇ ਜਿਹੜੇ ਜ਼ਮੀਨ ਬੀਜਦੇ, ਹੋਰ ਕੋਈ ਨਹੀਂ ਹੈਗਾ। ਹਥਿਆਰ ਲੈ ਕੇ ਅੰਦਰ ਬੈਠਾ, ਜਦੋਂ ਇਹ ਮੰਤਰੀ ਜੀ ਆਏ ਤੇ ਇਹਨਾਂ ਨੂੰ ਬੇਸਬੋਲ ਲੈ ਕੇ ਉਹ ਬੰਦੇ ਇਹਨਾਂ ਦੇ ਗੁੰਡੇ ਪਏ। ਇਸ ਕਰਕੇ ਅਸੀਂ ਕੈਪਟਨ ਸਾਹਿਬ ਕੋਲ ਮੰਗ ਕਰਦੇ ਹਾਂ, ਪ੍ਰਧਾਨ ਮੰਤਰੀ ਕੋਲ ਮੰਗ ਕਰਦੇ ਹਾਂ, ਇਸ ਬੰਦਿਆਂ ਨੂੰ ਨਕੇਲ ਪਾਈ ਜਾਵੇ ਕਿ ਜਿਹੜੇ ਬੰਦੇ ਜਿਹੜੇ ਧਾਰਮਿਕ ਜਗ੍ਹਾ ਦੇ ਉੱਤੇ ਕਬਜ਼ੇ ਕਰਦੇ ਆ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਨਹੀਂ ਤੇ ਸਾਰੇ ਹਿੰਦੁਸਤਾਨ ਦਾ ਜਿੰਨੇ ਸਾਧੂ ਸੰਤ ਜਿੰਨੇ ਆ ਨਿਹੰਗ ਸਿੰਘ ਆ ਉਹ ਇੱਥੇ ਹੀ ਲਿਆ ਕੇ ਇਕੱਠੇ ਕਰਨੇ ਆ ਤੇ ਬਾਬਾ ਸ੍ਰੀ ਚੰਦ ਦਾ ਮੰਦਰ ਨੂੰ ਜਿਹੜਾ ਉਹ ਯਾਦ ਕਰਾਉਣਾ ਇਹ ਗੁੰਡਿਆਂ ਕੋ ਭੂ ਮਾਫੀਆ ਕੋ। ਉੱਥੇ ਹੀ ਇਸ ਕਥਿਤ ਕਬਜ਼ੇ ਮਾਮਲੇ ਬਾਰੇ ਜਦੋਂ ਸਥਾਨਕ ਆਗੂ ਨਾਲ ਗੱਲ ਕੀਤੀ ਤਾਂ ਉਹ ਵੀ ਇਸ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ। ਸਵਾਮੀ ਕਿਸ਼ਨ ਗਿਰੀ ਮਹਾਰਾਜ ਬਹੁਤ ਦੇਰ ਤੋਂ ਸੇਵਾ ਕਰਦੇ ਸੀ, ਉਹਨਾਂ ਦੇ ਗੁਰੂ ਜੀ ਵੀ ਇੱਥੇ ਰਹੇ, ਉਹਨਾਂ ਦੇ ਅਸੀਂ ਦਰਸ਼ਨ ਵੀ ਕੀਤੇ, ਇੱਥੇ ਵੀ ਆਏ ਹਾਂ। ਪਰ ਇੱਥੇ ਕਿਉਂਕਿ ਜ਼ਮੀਨ ਦੇ ਕਰਕੇ ਜ਼ਮੀਨ ਮਹਿੰਗੀ ਹੈ, ਕੋਸਟਲੀ ਹੈ, ਇਸ ਜ਼ਮੀਨ ਨੂੰ ਹੜੱਪਣ ਵਾਸਤੇ, ਜ਼ਮੀਨ ਨੂੰ ਗ੍ਰੈਬਰ ਕਰਨ ਵਾਸਤੇ ਮੈਂ ਵੇਲੇ ਕੁਵੇਲੇ ਕਈ ਵਾਰੀ ਆਪਣੇ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਬਈ ਮਹਾਰਾਜ ਜੀ ਇਹਨਾਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨ ਵਾਸਤੇ ਇੱਕ ਬਹੁਤ ਵੱਡਾ ਮਾਫੀਆ ਸਕਰਿਆ ਹੈ, ਉੱਥੇ ਨੱਥ ਪਾਈ ਜਾਵੇ। ਔਰ ਅੱਜ ਉਹ ਗੱਲ ਆ ਗਈ ਸੜਕਾਂ ਤੇ ਬਈ ਜਿਹੜਾ ਮਾਫੀਆ ਲੈਂਡ ਗ੍ਰੈਬਰਸ ਹੈ ਉਹਨਾਂ ਦੀ ਮਦਦ ਕਰਨ ਵਾਸਤੇ ਪ੍ਰਸ਼ਾਸਨ ਖੜਾ। ਔਰ ਮੈਂ ਇਸ ਗੱਲ ਦਾ ਬਿਲਕੁਲ ਵਿਰੋਧ ਕਰਦਾ। ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਵੀ ਕਹਿੰਦਾ ਵੀ ਇਹ ਕੰਮ ਮਾੜਾ ਹੋ ਰਿਹਾ, ਬਹੁਤ ਮਾੜਾ ਹੋ ਰਿਹਾ, ਬਹੁਤ ਮਾੜਾ ਹੋ ਰਿਹਾ। ਇੱਕ ਨਵਜੀਤ ਸਿੰਘ ਹੈਗਾ ਜਿਹੜਾ ਕਿ ਉਹ ਤੇ ਜਦੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਬਾਰੇ ਸਵਾਲ ਪੁੱਛਣ ਦਾ ਮੌਕਾ ਮਿਲਿਆ ਤਾਂ ਸਬ ਡਿਵੀਜ਼ਨ ਡੀਐਸਪੀ ਦਾ ਕਹਿਣਾ ਸੀ ਕਿ ਦੋਨੋਂ ਪੱਖਾਂ ਦੇ ਨੁਮਾਇੰਦਿਆਂ ਨੂੰ ਜ਼ਮੀਨ ਸੰਬੰਧੀ ਕਾਗਜ਼ ਲਿਆ ਕੇ ਦਿਖਾਉਣ ਲਈ ਕਿਹਾ ਤਾਂ ਜੋ ਅਗਲੀ ਕਾਰਵਾਈ ਕੀਤੀ ਜਾਏ। ਤਿਆਰ ਨਹੀਂ ਜੀ ਕਬਜ਼ਾ ਲੈਣ ਦਾ ਜਾਂ ਕਿਸੇ ਨੂੰ ਦਵਾਉਣ ਦਾ, ਇਸ ਸੰਬੰਧੀ ਮੈਂ ਐਸਡੀਐਮ ਸਾਹਿਬ ਨੂੰ ਫੋਨ ਕਰਤਾ, ਆਪਣੇ ਉਹ ਕੋਈ ਨਾ ਕੋਈ ਰੈਵਨਿਊ ਡਿਪਾਰਟਮੈਂਟ 'ਚੋਂ ਬੰਦਾ ਭੇਜਦੇ ਆ। ਠੀਕ ਆ, ਉਹਨਾਂ ਨੂੰ ਵੀ ਅਸੀਂ ਕਹਿਤਾ ਵੀ ਤੁਸੀਂ ਵੀ ਆਪਣੇ ਜਿਹੜੇ ਨੁਮਾਇੰਦੇ ਭੇਜ ਦਿਓ, ਇਹਨਾਂ ਨੂੰ ਕਹਿਤਾ ਤੁਸੀਂ ਵੀ ਆਪਣੇ ਬੰਦੇ ਲੈ ਕੇ ਥਾਣੇ ਆ ਜਾਓ। ਉਹਦੇ ਦੋਵਾਂ ਪਾਰਟੀਆਂ ਦੇ ਕਾਗਜ਼ ਪੱਤਰ ਦੇਖਦੇ ਹਾਂ, ਦੇਖ ਕੇ ਜੋ ਹੈਗਾ ਅਸੀਂ ਪ੍ਰਸ਼ਾਸਨ ਨੂੰ ਸਿਵਲ ਨੂੰ ਦੱਸ ਦਾਂਗੇ। ਸਟਿਲ ਦੈਨ ਦੇ ਲੀਵ ਦੇਅਰ ਹੈ
ਸਟਿਲ ਦੈਨ ਅਸੀਂ ਤਾਂ ਨਹੀਂ ਅੰਦਰ ਵਾੜੇ ਕੋਈ ਪਹਿਲਾਂ ਦੇ ਉਹ ਹੈਗੇ ਆ ਸਰ ਪੁਲਿਸ ਮੁਲਾਜ਼ਮ ਕਿਹਨਾਂ ਨੇ ਦਿੱਤੇ ਉਹਨਾਂ ਨੂੰ ਜਿਹੜੇ ਦੋ ਅੰਦਰ ਸਨ ਅੰਦਰ ਨਹੀਂ ਉਹਨਾਂ ਨੂੰ ਦਿੱਤੇ ਨਹੀਂ ਜੀ ਇਹ ਆਏ ਸੀਗੇ ਕਰਕੇ ਇੱਥੇ ਕਿਸੇ ਨਾਲ ਲੜਾਈ ਝਗੜਾ ਨਾ ਹੋਵੇ ਸਰ ਜਿਹੜੇ ਇਹਨਾਂ ਨੂੰ ਖੰਡਾ ਕਰਕੇ ਸੋ ਪੁਲਿਸ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਪਰ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੋਏਗੀ ਤੇ ਕਿਸ ਨੂੰ ਇਨਸਾਫ਼ ਮਿਲੇਗਾ ਕਪੂਰਥਲਾ ਤੋਂ ਸੁਕੇਤ ਗੁਪਤਾ ਦੇ ਨਾਲ ਇੰਡੀਆ ਨਿਊਜ਼ ਪੰਜਾਬ